ਅਕਾਲ ਜੀ। ਲਓ ਅੱਜ ਆਪਾਂ ਮਾਨਸੇ ਜ਼ਿਲ੍ਹੇ 'ਚ ਆਪਣੇ ਪਹੁੰਚੇ ਸੀ ਬਾਈ ਨਿਰਪਾਲ ਦੇ ਘਰੇ, ਅਤੇ ਬਾਪੂ ਦੇ ਘਰੇ ਨਾ ਆਈਏ ਹੋ ਹੀ ਨਹੀਂ ਸਕਦਾ, ਅਤੇ ਬਾਪੂ ਦਾ ਕਿਉਂਕਿ ਪਿਆਰ ਹੀ ਇੰਨਾ, ਅਤੇ ਬਾਬਾ ਜੀ ਜਿਹੜੇ ਹੈਗੇ ਆਪਣੇ ਬਾਪੂ ਜੀ ਨਿਹੰਗ ਪਹੁੰਚ ਗਏ ਜੀ ਉਹਨਾਂ ਕੋਲ, ਸੁਣਾਉਂਦੇ ਉਹਨਾਂ ਦੀਆਂ ਗੱਲਾਂ ਬਾਤਾਂ। ਸੋ ਹੋਰ ਸਿਹਤ ਠੀਕ ਹੈ ਜੀ? ਬਿਲਕੁਲ ਜਮਾ ਕੋਈ ਤਕਲੀਫ ਨਹੀਂ ਜੀ। ਜੀ 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਭਾਈ ਇਹ ਸੁਨੇਹੇ ਕਈ ਨੇ, ਜਿੰਦੜੀ ਤਾਂ ਹੁਣ ਕਿਨਾਰੇ 'ਤੇ ਬੈਠੀ ਆ। ਜਿਹੜੇ ਮੇਰੇ ਨਾਲ ਦੇ ਸੰਸਾਰ ਤੋਂ ਚਲੇ ਗਏ, ਚੰਗਾ ਕਰਨ ਵਾਲਿਆਂ ਨੂੰ ਤਾਂ ਮੈਂ ਵੀ ਯਾਦ ਕਰਦਾ ਜਿਨ੍ਹਾਂ ਨੇ ਚੰਗਾ ਬੀਜਿਆ ਸੀ। ਉਹ ਕਈ ਮੇਰੇ ਵੀਰ ਨਾ ਹੁਣ ਲੱਕ ਕਬੂਤਰ ਕੱਢਣ 'ਤੇ ਹੀ ਬੰਨ ਛੱਡਿਆ। ਪਹਿਲੀ ਗੱਲ ਤਾਂ ਕਬੂਤਰ ਕੱਢਦੇ ਕਿਉਂ ਜੇ ਊਂ ਮਿਲ ਜਾਂਦਾ, ਫਿਰ ਚਾਰ ਪੈਸੇ ਲਾ ਕੇ ਲੈ ਲਓ। ਮੈਂ ਸਭ ਨੂੰ ਸੁਨੇਹਾ ਦਿੰਦਾ, ਮੇਰੇ ਵੀਰ ਹੱਥ ਬੰਨ ਕੇ ਬੇਨਤੀ ਹੈ, ਜੇ ਸਾਥੋਂ ਕੋਈ ਬੰਦਾ ਮਰ ਗਿਆ ਕਿਉਂ ਸਾਥੋਂ ਕਤਲ ਕਰਾਉਣੇ ਹੁਣ ਬੁਢਾਪੇ 'ਚ? ਦੋ ਵਾਰੀ ਤਾਂ ਮੇਰੇ ਹੀ ਲੈ ਗਏ ਮੇਰੇ ਕੋਲ, ਹੁਣ ਉਹ ਘਰ ਵਾਲਿਆਂ ਦੇ ਲੈ ਗਏ। ਹੁਣ ਅਸੀਂ ਤਾਂ ਦੋ ਆਦਮੀ, ਤਿੰਨ ਪੈਂਦੇ ਹਾਂ, ਇੱਕ ਥੱਲੇ ਪੈਂਦਾ, ਦੋ ਇੱਥੇ ਪੈਂਦੇ ਨੇ, ਵਿੱਚ ਪੈਂਦੇ ਆ ਗੋਡਿਆਂ ਦੇ। ਹੱਥ ਬੰਨ ਕੇ ਬੇਨਤੀ ਹੈ, ਇਹ ਜਿਹੜੀ ਆਪਣੀ ਗੇਮ ਹੈ ਨਾ, ਇਹਨੂੰ ਵਰਲਡ 'ਚ ਲੈ ਕੇ ਜਾਓ। ਗਾਲਾਂ ਕੱਢਦੇ ਨੇ ਵਿੱਚ ਨੈੱਟ 'ਤੇ, ਉਹ ਵੀ ਮਾੜੀਆਂ। ਗੁਰਸਿੱਖੋ, ਬਹੁਤ ਲੰਬੀ ਉਮਰ ਭੁਗਤ ਲਈ ਕਬੂਤਰਾਂ ਦੀਆਂ ਬਾਜ਼ੀਆਂ 'ਚ। ਹੁਣ ਕਈ ਵਾਧੂ ਤਾਂ ਹੀ ਦੁੱਖ ਮੰਨਦੇ ਨੇ, ਉਹ ਕਿਉਂ ਦੁੱਖ ਮੰਨਦੇ ਨੇ? ਉਹ ਨਾਲੇ ਚੋਰ ਨੇ, ਜਿਦਰਾਈਆਂ ਨੈੱਟ 'ਚ ਤਾਂ ਉਹਨਾਂ ਦੀਆਂ ਗੱਲਾਂ ਸੁਣ ਲਈਆਂ। ਮੈਂ ਮੰਗ ਕੇ ਕਬੂਤਰ ਜਾ ਕੇ ਕਹਿ ਦਿੰਦੇ ਨੇ, ਬਸ ਉਹ ਤਾਂ ਮਰ ਗਿਆ, ਤੂੰ ਉਹ ਕਾਹਨੂੰ ਮਰ ਗਿਆ, ਤੁਸੀਂ ਮਰ ਗਏ। ਉਹ ਮਰ ਜਾਂਦੇ ਨੇ ਜਿਹੜੇ ਕਬੂਤਰ ਲਿਜਾ ਕੇ ਮਾਰਦੇ ਨੇ। ਇਹ ਚੰਗੀਆਂ ਸੰਸਾਰ 'ਤੇ ਨਾ ਬੀਜੋ, ਕਾਲੰਗਿਆਰੀ ਨਾ ਬੀਜੋ। ਵਧੀਆ ਮੈਂ ਸਾਰੇ ਸੰਸਾਰ ਦੇ ਬੰਦਿਆਂ ਨੂੰ ਵੀ ਕਹਿਣਾ ਵੀ ਚੋਰੀਆਂ ਝੂਠ ਨੂੰ ਬੰਦ ਕਰੋ। ਆਪਾਂ ਸੰਸਾਰ ਤੋਂ ਜਾਣਾ, ਕੱਪੜੇ ਨਹੀਂ ਆ, ਸਰੀਰ ਵੀ ਨਹੀਂ ਜਾਣਾ ਨਾਲ। ਜੇ ਗੱਲ ਝੂਠ ਹੈ ਤਾਂ ਕਹਿ ਕੇ ਦਿਖਾਓ ਕੋਈ। ਜਦੋਂ ਸੰਸਾਰ ਤੋਂ ਜਾਣਾ ਜਿਹਨੂੰ ਸਭ ਨੂੰ ਪਤਾ ਹੈ, ਤਾਂ ਫਿਰ ਚੰਗਾ ਵੀ ਬੀਜ ਲਓ। ਸਾਨੂੰ ਬਲਦ, ਬੱਕਰੀ, ਭੇਡ, ਕੁੱਤਾ, ਬਿਸ਼ਟਾ ਦੇ ਕੀੜੇ ਨਹੀਂ ਬਣਨਾ ਪੈਣਾ। ਮਾਨਸ ਦਿਖੀ ਹੈ ਨਾ ਜਿਹੜੀ, ਇਹ ਬਹੁਤ ਬੇਨਤੀਆਂ ਕਰ ਕਰ ਮਿਲੀ ਆ ਭੁਗਤ ਕੇ। ਇਹ ਮਾਨਸ ਦੇਹੀ ਨੂੰ ਐਵੇਂ ਨਾ ਕਮਾਓ। ਜਦੋਂ ਨਹੀਂ ਜਪੀ ਦਾ ਨਾਮ, ਕੰਮ ਤਾਂ ਚੰਗੇ ਕਰ ਲਓ ਹੱਥਾਂ ਪੈਰਾਂ ਨਾਲ, ਊਂ ਤਾਂ ਜੇ ਨਾਮ ਜਪ ਲਵੋ ਤਾਂ ਬਹੁਤ ਹੀ ਵਧੀਆ ਭਲਾ ਹੈ ਦੁਨੀਆ ਦਾ। ਮੈਂ ਸਾਰਿਆਂ ਨੂੰ ਹੱਥ ਬੰਨ ਕੇ ਫਿਰ ਬੇਨਤੀ ਕਰਦਾ, ਨਾ ਤਾਂ ਮੇਰੇ ਜਿੰਨੀਆਂ ਕੋਈ ਬਾਜ਼ੀਆਂ ਜਿੱਤਿਆ, ਅਜੇ ਤਾਂ ਮੈਂ ਉੱਤੇ ਵੀਡੀਓ 'ਚ ਉਹ ਦੱਸੀ ਨਹੀਂ। ਬਾਦਲ ਦੇ ਪਿੰਡ ਜਿਹੜਾ ਮੈਂ ਬਾਜ਼ੀ ਜਿੱਤੀ ਆ, ਲੋਕਾਂ ਨੂੰ 2.5 ਘੰਟਿਆਂ ਦੀ ਵਿੱਥ ਪਾਈ। ਬੋਗਾ ਬਾਬੂ, ਰੁਲਦੂ, ਭਾਈ ਸਾਹਿਬ ਭਾਗਸੇ, ਭਾਈ ਸਾਹਿਬ ਡਰੋਲੀ ਵਾਲੇ, ਭਾਈ ਸਾਹਿਬ ਪੁੱਚੂ ਵਾਲੇ, ਉੱਥੇ ਕਿਹੜਾ ਕਬੂਤਰ ਬਾਜ਼ ਨਹੀਂ ਸੀਗਾ? ਦੁਨੀਆ ਵੇਖਦੀ ਸੀ। ਆਪਾਂ ਕੋਈ ਝੂਠ ਸਫਾਉਂਦੀਆਂ ਨਹੀਂ ਜਿੱਤੇ, ਜਿਹੜੀਆਂ ਜਿੱਤਿਆ ਨਰਾਲੇ ਨਾਲ ਜਿੱਤਿਆ, ਜਿਹੜੇ ਹੁਣ ਜਿੱਤਦੇ ਆ ਉਹ ਦੁਪਹਿਰੇ ਲਾ ਕੇ ਦੁੱਖ ਮੰਨਦੇ ਆ। ਨਾ ਮਾਰੋ ਹੱਥ ਬੰਨ ਕੇ ਬੇਨਤੀ ਆ, ਜਿਹਦਾ ਕਬੂਤਰ ਜਿੱਤਦਾ ਉਹਨੂੰ ਜਿਤਾਓ, ਸ਼ੌਂਕ ਨੂੰ ਵਧਾਓ। ਸ਼ੌਂਕ ਜਿਹੜਾ ਕੋਈ ਮਾੜਾ ਨਹੀਂ ਹੈਗਾ, ਇਹਦੀ ਵਾ ਵੇਲਾ ਸਭ ਰਹਿਣ ਸਹਿਣ ਕਬੂਤਰ ਦਾ ਚੰਗਾ, ਮੈਂ ਤਾਂ ਨਹੀਂ ਮਾੜਾ ਮੰਨਦਾ ਇਹਨੂੰ। ਮਾੜਾ ਉਹਨੂੰ ਆ ਜਿਹੜਾ ਮਾੜਾ ਕਰਦੇ ਆ। ਮੇਰੀ ਤਾਂ ਕਬੂਤਰਾਂ ਨੇ ਤਰੱਕੀ ਕੀਤੀ ਹੈ ਇੰਨੀ, ਵੀ ਕਿਸੇ ਦੀ ਵੀ ਨਹੀਂ ਹੋ ਸਕਦੀ। ਹੋਰ ਜਿਹੜੀਆਂ ਕੋਈ ਪੁੱਛਣੀਆਂ ਨੇ ਉਹ ਮੈਨੂੰ ਮੇਰੇ ਨੰਬਰ 'ਤੇ ਫੋਨ ਕਰਕੇ ਪੁੱਛ ਲਿਓ ਵੀ ਆਹ ਗੱਲ ਤਾਂ ਗਲਤ ਕਹਿਤੀ। ਗਲਤ ਮੈਂ ਜਮਾਂ ਨਹੀਂ ਕਹਿੰਦਾ। ਚੋਰਾਂ ਨੂੰ ਫੜ ਕੇ ਲਿਜਾਣ ਵਾਲਿਆਂ ਨੂੰ, ਬਾਜ਼ੀ 'ਚੋਂ ਚੱਕਣ ਵਾਲਿਆਂ ਨੂੰ ਮੈਂ ਇਹ ਕਹਿੰਦਾ ਵੀ ਐਤਕੀ ਕਈਆਂ ਦੀਆਂ ਲੱਤਾਂ ਟੁੱਟ ਜਾਣਗੀਆਂ ਜੇ ਇਹ ਕੰਮ ਹੋਇਆ। ਐਤਕੀ ਮੈਂ ਇੰਤਜ਼ਾਮ ਕਰਿਆ ਹੋਇਆ, ਇਹ ਸੁਣ ਲਓ ਸੁਨੇਹਾ, ਫਿਰ ਨਾ ਰੋਇਓ। ਬਾਜ਼ੀਆਂ ਤਾਂ ਸ਼ੌਕ ਦੀਆਂ ਨੇ, ਸ਼ੌਕ ਮਗਰ ਤੁਸੀਂ ਬਹਿਸ ਬਹਿਸ ਤਾਂ ਘਰੇ ਨਹੀਂ ਮੁੱਕਦੀ, ਆਪਣੇ ਹੋਰ ਕੰਮਾਂ 'ਚ ਨਹੀਂ ਮੁੱਕਦੀ। ਚੰਗਾ ਜਿਹੜਾ ਨਾ ਬੀਜੋ, ਚੰਗਾ ਕਰੋ। ਅਤੇ ਆਪਾਂ ਰਿਸ਼ਤੇਦਾਰ ਨੂੰ ਨਹੀਂ ਬੁਲਾਉਂਦੇ ਜਿੰਨਾ ਚਿਰ ਅਸੀਂ ਗਏ ਤੇ ਜਿਸ ਵੀਰ ਕੋਲ ਮੈਂ ਤੇ ਪੀਰ, ਇੱਕ ਕੋਈ ਰਿਸ਼ਤੇਦਾਰ ਹੈਗਾ ਇੰਗਲਿਸ਼ ਬੋਲੀ ਜਾਣ, ਮੈਂ ਕਿਹੜਾ ਇੰਗਲਿਸ਼ ਜਾਣਨਾ? ਉਹਨਾਂ ਨੂੰ ਆਖਦਾ ਬਰਾਦਰ ਤੂੰ ਅੰਦਰ ਚਲਿਆ ਜਾ, ਜਿੰਨਾ ਚਿਰ ਇਹ ਬੈਠੇ ਨੇ ਮੈਂ ਤਾਂ ਤੇਰੇ ਨਾਲ ਬੋਲ ਨਹੀਂ ਸਕਦਾ। ਵੀ ਰਿਸ਼ਤੇਦਾਰ 'ਚ ਆਪਣੀ ਇੰਨੀ ਵੱਡੀ ਆ, ਅਸੀਂ ਮੈਂ ਗਰੀਬ ਆਦਮੀ ਉਹਦੇ ਜਸਵੀਰ ਦੇ ਕੀ ਤੁਲ ਸੀ? ਉਹਨਾਂ ਦੇ ਤਾਂ ਜਮਾਇਆ ਨੂੰ ਇੱਕ ਪਾਸੇ ਅੱਗ ਲਾ ਦੀ ਤਾਂ ਨਹੀਂ ਸਾਰੀ ਮੱਚਦੀ। ਅਸੀਂ ਕਈ ਵਾਰੀ ਪਹਾੜੇ ਤੋਂ ਤਰਸਦੇ ਹੁੰਦੇ, ਮੈਂ ਇਹੋ ਜਿਹਾ ਸ਼ਖਸ ਹਾਂ ਗਰੀਬ।
ਇਹ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ, ਇਹਨੂੰ ਨਾ ਪੁੱਛਣਾ ਛੱਡਣਾ ਡਾਉਣਾ ਸਿੱਖ ਲਓ, ਇੱਕ ਦੂਜੇ ਦੇ ਲਵੇ ਲੱਗ ਜਾਓ ਦੋਸਤ, ਜਿਹੜੇ ਬਹਿਸ ਕਰਦੇ ਉਹ ਮਾੜੀ ਆ, ਪਰ ਜਿਹੜੇ ਚੋਰੀ ਕਰਦੇ ਉਹਦਾ ਜੁਮਾ ਹੀ ਮਾੜੀ ਆ, ਨਹੀਂ ਛੱਡਦਾ ਤੁਹਾਡੀ ਮਰਜ਼ੀ ਆ। ਫਿਰ ਦੇਖ ਲਓ ਗਧੇ 'ਤੇ ਕਿਵੇਂ ਕੁੱਟ ਪੈਂਦੀ ਹੁੰਦੀ ਆ, ਐਂ ਵੀ ਪੈਂਦੀ ਦੇਖੀ ਹੈ। ਪਰ ਜੇ ਸਾਨੂੰ ਫਸ ਗਿਆ ਨਾ, ਮੈਂ ਕਈਆਂ ਨੂੰ ਦੱਸਤਾ ਵੀ ਤੱਕੜਾ ਅਤੇ ਖੁਰਚਣਾ ਕੋਲੇ ਰੱਖੋ, ਗੈਸ 'ਤੇ ਕਰਕੇ ਲਾਲ ਐਂ ਖੁੱਚਾਂ ਬਿਜਲੀ ਕੱਢ ਦਿਓ ਸਾਲੇ ਦੇ, ਉਹਦਾ ਐਂ ਦੱਸਣਗੇ ਵੀ ਹਾਂ ਸਾਨੂੰ ਕਿਹਨੇ ਭੇਜਿਆ। ਪੁਲਿਸ ਵਾਲਿਆਂ ਨੂੰ ਨਾ ਦਿਓ, ਉਹਨਾਂ ਦੇ ਤੱਤਾ ਖੁਰਚਣਾ ਕੱਢੋ ਗੈਸ ਨਾਲ ਲਾ ਕੇ ਲੱਤਾਂ ਬਿਜਲੀ। ਮੇਰੇ ਘਰੇ ਡਿੱਗੇ ਸੀ ਚੋਰ, ਉਹਦਾ ਇਹਦੀ ਮਾਂ ਚੰਗੀ ਸੀ ਜਿਹਨੇ ਮੈਨੂੰ ਸਮਝਾ ਤਾ ਵੀ ਰੌਲਾ ਨਾ ਪਾ, ਮੁੰਡੇ ਨੂੰ ਜੇ ਪਤਾ ਲੱਗ ਗਿਆ ਮਾਰ ਦੂ, ਟੰਬਾ ਮਾਰਿਆ ਮਰਜੂ, ਉਹ ਡਿੱਗਿਆ ਪਿਆ ਉਹਨੂੰ ਚੱਕੀ ਜਾਂਦੇ ਨੇ। ਫਿਰ ਉਹਨਾਂ ਨੇ ਕੁੜੀਆਂ ਦੇ ਵਿਆਹ ਕਰ ਲਏ ਵੀ ਉਹ ਕਬੂਤਰ ਲਿਜਾ ਕੇ, ਮੇਰਾ ਕਿੰਨਾ ਕੁ ਖੜਾ, ਕੋਈ ਗੱਡਾ ਨਹੀਂ ਖੜਾ। ਜਿਹੜਿਆਂ ਨੇ ਮੈਥੋਂ ਲਿਜਾ ਕੇ ਕਬੂਤਰ ਮੁੱਕਰੇ ਨੇ, ਉਹ ਹੁਣ ਇੱਥੇ ਆਉਂਦੇ ਨੇ, ਖੇਡ ਰਹਿ ਗਈ ਵਿਚਾਲੇ। ਮੇਰੇ ਹੀ ਚੇਲਾ ਜਿਹੜਾ ਫਰਨੇਕਾ ਖਾਉਂਦਾ ਉਹ ਵੀ ਇਸ ਕਰਕੇ ਖੁੰਝ ਗਿਆ, ਤਾਂ ਆਉਂਦਾ ਵੀ ਮੈਂ ਗਲਤੀ ਕਰ ਲਈ ਵੀ ਉਸਤਾਦ ਨਾਲ। ਜਿੰਨੇ ਮੇਰੇ ਕਬੂਤਰਾਂ ਦੇ ਨਾਂ ਨੇ ਤੋਤਾ ਮੌਜੀ ਮੋਜੇ ਡੱਬੇ, ਮੈਂ ਬਿੰਦਰ ਨੂੰ ਗਿੱਲਾਂ ਵਾਲੇ ਨੂੰ ਦਿੱਤੇ, ਅਤੇ ਗਿੱਲਾਂ ਵਾਲੇ ਦੇ ਘਰੇ ਰਹਿ ਕੇ ਬਾਜੀ ਉਹਨੂੰ ਵੀ ਜਿਤਾਈ ਗਿੱਲੀ ਘਰੋਂ ਬਾਜੀ ਛਡਾ ਕਬੂਤਰ ਛਡਾ ਕੇ। ਮੇਰਾ ਚੇਲਾ ਦੀ ਉਹ ਬਹੁਤ ਜਿੱਤਿਆ ਜਲੰਧਰ ਬੰਨੀ ਸਾਰੇ ਦੂਰ ਨੇੜੇ, ਇਹਦੀ ਗੱਲ ਵੀ ਨਹੀਂ। ਹੁਣ ਉਹ ਸਾਡੇ ਨਾਲੋਂ ਪਿੱਛੇ ਕਿਵੇਂ ਰਹਿ ਗਿਆ, ਅਸੀਂ ਇਹਨੂੰ ਮਾੜੀ ਮੋਟੀ ਸ਼ਿਕਸ਼ਾ ਹੋਰ ਵਧਾਈ ਜਾਂਦੇ ਹਾਂ, ਹੁਣ ਬਰਾਬਰ ਹੁਣ ਉਹ ਬਰਾਬਰ ਆਉਣ ਦਾ ਮਾਰਿਆ ਭਾਈ। ਫੇਰ ਮਿਹਨਤ ਕਰ, ਮੈਂ ਉਹਨੂੰ ਦੱਸਿਆ ਸੀਗਾ ਮੈਂ ਬਿੰਦਰਾ ਮੈਂ ਕਿੱਲਾ ਕੱਢ ਲੂੰ ਤੇਰੇ ਕੋਲ, ਮੈਂ ਪੱਕਾ ਕਿੱਲਾ ਕੱਢੂ, ਮਿਹਨਤ ਕਰ, ਮਿਹਨਤ ਕਰੋ। ਨਹੀਂ ਬਿੰਦਰ ਨੂੰ ਮੈਂ ਗਲਤ ਨਹੀਂ ਕਹਿੰਦਾ ਵੀ ਮਿਹਨਤ ਕਰਨ ਦੇ ਨਾਲ ਤਰੱਕੀ ਹੈ, ਪੁੱਠੇ ਕੰਮ ਨਾ ਕਰੋ। ਜਿੰਨੇ ਮੈਂ ਸੁਨੇਹਾ ਹੀ ਪਹੁੰਚਾਉਣਾ ਦੇਖੋਗੇ ਤੁਸੀਂ ਨੈੱਟ 'ਤੇ, ਸਭ ਨੂੰ ਸੁਨੇਹਾ। ਮੈਂ ਆਪਦੇ ਚੇਲਿਆਂ ਨੂੰ ਕੋਈ ਮਾੜੀ ਨਹੀਂ ਗੱਲ ਕਹਿੰਦਾ, ਅਮਰੀਕਾ 'ਚ ਬੈਠਾ ਸੁੱਖਾ, ਤਿੰਨ ਜ਼ਿਲ੍ਹਿਆਂ 'ਚ ਸੁੱਖਾ ਸੁੱਖਾ ਹੋ ਗਈ ਸੀ। ਉਹ ਕਬੂਤਰ ਜਿਹੜੇ ਮੈਂ ਉੱਥੇ ਬਣਾਏ ਨੇ, ਜਿਹੜਾ ਸੁੱਖਾ ਗਲਤੀ ਖਾ ਗਿਆ, ਹੁਣ ਸੁੱਖਾ ਰੋਂਦਾ ਪਛਤਾਉਂਦਾ। ਜਾਣ ਵੇਲੇ ਜਹਾਜ਼ ਚੜ੍ਹਨ ਵੇਲੇ ਮੈਂ ਤਾਂ ਇਕੱਲਿਆਂ ਆਪਦਾ ਕਮੰਡਲਾ ਸਾਰੇ ਦੇ ਗਿਆ ਲੋਕਾਂ ਨੂੰ, ਪਿਆਰ ਨਾਲ ਸਾਰਾ ਕੁਛ ਹੀ ਹੈ। ਜਿਹੜੇ ਉਹ ਕਬੂਤਰ ਉੱਡੇ ਨੇ ਲੋਕਾਂ ਦੇ, ਜਿਹੜੇ ਉੱਥੋਂ ਮਾਨੋਪੁਰ ਗੋਸਲਾ ਤੋਂ ਲਏ ਨੇ, ਉਹਨਾਂ ਨੂੰ ਹੁਣ ਵੀ ਸੁਣ ਰਿਹਾ, ਫਿਰ ਵੀ ਸੁਣੋਗੇ, ਤੇ ਹੁਣ ਕਿਉਂ ਮੰਗਦੇ ਨੇ ਫਿਰ ਨੀ ਕਿਤੋਂ ਵੀ ਹੋਰ ਲਈਏ, ਉਹ ਤਾਂ ਖਤਮ ਹੋ ਗਏ। ਬਾਪੂ ਜੀ ਨੇ ਬਣਾਈ ਇੱਕ ਬਹੁਤ ਵਧੀਆ, ਜਿਵੇਂ ਕਹਿੰਦੇ ਵੀ ਵਿੱਚ ਹੀ ਜੇਲ ਵਿੱਚ ਹੀ ਸਾਰਾ ਕੁਝ ਬਣਾਇਆ ਤੇ ਸੈੱਲ ਬਣਾਇਆ ਹੋਇਆ ਇੱਕ ਬਹੁਤ ਵਧੀਆ, ਸੀਬੀਆਈ ਵਾਲਿਆਂ ਦਾ ਉਹ ਵਿਖਾਉਣੇ ਜੀ ਤੁਹਾਨੂੰ। ਵੀ ਇਹ ਖੁੱਡਾ ਬਣਾਉਣ, ਮੈਨੂੰ ਕਈਆਂ ਨੇ ਪੁੱਛਿਆ ਵੀ ਤੂੰ ਇਹੋ ਜਿਹਾ ਨਕਸ਼ਾ ਕਿਤੋਂ ਬਣਵਾਇਆ, ਵੀ ਮੈਥੋਂ ਉਮਰ ਦਾ ਵੱਡਾ ਤਾਂ ਕੋਈ ਹੈ ਨੀ, ਮੈਂ ਕੋਈ ਸਭ ਕੁਛ ਸਿੱਖਿਆ, ਪੁੱਤ ਮੇਰੇ ਨੂੰ ਦੱਸਤਾ ਵੀ ਐਂ ਬਣਾ ਲੈ। ਹੁਣ ਆਪਾਂ ਅੰਦਰ ਚੱਲਦੇ ਹਾਂ, ਤੁਸੀਂ ਅੰਦਰੋਂ ਵੇਖੋ। ਆ ਜਾਓ ਆ ਜਾਓ ਜੀ, ਦੇ ਖੁੱਡੇ ਬਹੁਤ ਸੋਹਣੇ ਖੂਬਸੂਰਤ ਬਣਾਏ ਆ ਜੀ, ਵਿੱਚ ਹੀ ਸੌਂਦੇ ਆ। ਆ ਦੇਖ ਭਾਈ ਮਾੜਾ ਜਿਹਾ ਖੋਲ ਕੇ ਵੀ ਦੇਖ ਇਹਨਾਂ ਨੂੰ। ਹਾਂਜੀ ਹਾਂਜੀ, ਆਹ ਜਿਹੜੇ ਵਿੱਚ ਰੱਖਦੇ ਨੇ ਇਹ ਮੈਨੂੰ ਦੇਖ ਕੇ ਤਾਂ ਸਾਰੇ ਬਣਾਉਣਗੇ ਬੈਠਣ, ਕਬੂਤਰਾਂ ਦੀ ਲੜਾਈ ਮਿਠਾਈ ਆ। ਹਾਂਜੀ ਹਾਂਜੀ, ਲਓ ਜੀ, ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਹੈ। ਸਹੀ ਗੱਲ, ਹਾਂ ਦੂਜਾ ਕਬੂਤਰ ਦੂਜੇ ਕੋਲੇ ਨਹੀਂ ਜਾਂਦਾ, ਹਜੇ ਰੰਗ ਰਹਿੰਦਾ ਪਿੰਡ, ਕੋਈ ਗੱਲ ਮਸ਼ੀਨ ਕਰੂਗੀ। ਹਾਂਜੀ ਹਾਂਜੀ, ਇੱਥੇ ਜਾਲੀ ਮੱਛਰ ਵਾਲੀ ਲਿਆਂਦੀ ਪਈ ਆ, ਉੱਥੋਂ ਕੂਲਰ ਚੱਲੂਗਾ ਸਾਰਿਆਂ ਨੂੰ, ਪਏ ਨੂੰ ਉੱਥੋਂ ਪਏ ਨੂੰ ਮੈਨੂੰ ਸਭ ਕੁਝ ਦਿਖਦਾ। ਬਾਪੂ ਜੀ ਜਿਹੜੇ ਹੁਣ ਬਹਿ ਜਾਂਦੇ ਆ, ਸ਼ਾਇਦ ਇੱਥੇ ਪਿਆ ਹੋਣਾ ਇਹਨਾਂ ਦਾ ਜਿਹੜਾ ਇੱਕ ਛੋਟਾ ਭਾਈ ਬਾਬਾ ਜੀ ਜਿਹੜਾ 24 ਘੰਟੇ ਕੋਲੇ ਹੁੰਦਾ ਜੀ ਇਹਨਾਂ ਦੇ। ਅੱਛਾ ਜੀ, ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਕਿਸੇ ਨੇ ਤੀਰ ਨਹੀਂ, ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਇਹ ਤੀਰ ਬਣਾ ਕੇ। ਬਾਪੂ ਜੀ ਇੱਥੇ ਬੈਠ ਜਾਂਦੇ ਆ ਤੇ ਇੱਥੋਂ ਚਾਰੇ ਖੁੱਡਿਆਂ ਦੇ ਵਿੱਚ ਜਾਲੀ ਲੱਗੀ ਨਿਗਾਹ ਜਾਂਦੀ ਹੈ, ਪੱਲੀ ਇੱਥੋਂ ਮਾੜਾ ਵਿਖਾਓ ਤਾਂ ਕਿ ਕੋਈ ਚੋਰ ਚੋਰੀ ਨਾ ਕਰ ਲੇ। ਲਓ ਜੀ ਆ, ਨਾਲ ਦੀ ਨਾਲ ਬੱਤੀਆਂ ਵੀ ਜਗ ਜਾਂਦੀਆਂ ਇੱਥੋਂ ਸਿੱਧੀਆਂ ਹੀ।
ਬਹੁਤ ਚੋਰੀ ਕਰੀ ਜਿੱਥੇ ਮੈਂ ਖੜਾ ਜਿੱਥੇ ਇੱਕ ਟੁੱਟੀ ਜੀ ਪਹਿਲਾਂ ਜਾਲੀ ਟੁੱਟੀ ਜੀ ਜਾਲੀ ਲਾਈ ਹੁੰਦੀ ਤਾਕਤਾਂ ਉਹੀ ਹੈ ਤਾਕਤਾਂ ਉਹੀ ਆ ਇੱਥੇ ਕਾਫੀ ਬਾਬਾ ਜੀ ਤੁਸੀਂ ਪਿਕਚਰਾਂ ਦੇਖੀਆਂ ਹੋਣਗੀਆਂ ਤੇ ਬਾਬਾ ਜੀ ਨੂੰ ਸ਼ਾਇਦ ਪਤਾ ਨਹੀਂ ਕੋਈ ਮੈਂ ਸੁਣੀ ਸੀ ਗੱਲ ਵੀ ਕਹਿੰਦੇ ਸੀ ਵੀ ਖੁੱਡਿਆਂ ਬਾਰੇ ਕੁਛ ਤੇ ਉਹਨਾਂ ਦੇ ਲਈ ਬਾਬਾ ਜੀ ਨੇ ਇੱਕ ਖੁੱਡੇ ਬਣਾਏ ਆ ਇਹਨਾਂ ਨੇ ਕਿਹਾ ਸੀ ਵਰਲਡ ਦੇ ਵਿੱਚ ਮੇਰੇ ਜਿਹੜੇ ਖੁੱਡੇ ਆ ਲੋਕ ਵੇਖਣ ਆਉਣਗੇ ਵਾਕਈ ਅੱਜ ਅਸੀਂ ਦੂਰੀ ਹਰੀ ਬਾਬਾ ਜੀ ਨੂੰ ਮਿਲਣ ਵੀ ਆਏ ਇਹਨਾਂ ਨੇ ਖੁੱਡੇ ਵੀ ਵੇਖਣ ਆਏ ਆ ਆਹ ਉਹੀ ਜਗ੍ਹਾ ਜਿੱਥੇ ਇੰਨੀ ਕੁ ਜਗ੍ਹਾ ਸੀਗੀ ਪਹਿਲਾਂ ਬਿਸਤਰਾ ਵਿੱਚ ਹੀ ਹੁੰਦਾ ਸੀ ਤੇ ਅੱਜ ਬਹੁਤ ਵੱਡਾ ਇਹਨਾਂ ਨੇ ਜਗ੍ਹਾ ਬਣਾਇਆ ਸੀ ਆਹੀ ਸੀ ਮੇਰਾ ਜਵਾਬ ਜੀ 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 ਵਾਕਈ ਜੀ ਬਹੁਤ ਵਧੀਆ ਬਣਾਇਆ ਕੁੱਤੀ ਵਾਸਤੇ ਲਓ ਜੀ ਆ ਵਿਖਾਉਂਦੇ ਆ ਜੀ ਇੱਕ ਪੁਰਾਣੀ ਥੋੜੀ ਜੀ ਯਾਦ ਆ ਦੇਖੋ ਜੀ ਪੁਰਾਣੀ ਜਿਹੜੀ ਇੱਕ ਪਿਕਚਰ ਮਿਲ ਗਈ ਹੈ ਜੀ ਮੋਬਾਈਲ ਚੋਂ ਆ ਉਸੇ ਜਗ੍ਹਾ ਤੇ ਖੜੇ ਹਾਂ ਜੀ ਅਸੀਂ ਅੱਜ ਫੇਰ ਤੇ ਇੱਕ ਚੀਜ਼ ਹੋਰ ਆਇਓ ਜੀ ਇੱਕ ਮਿੰਟ ਪਹਿਲਾਂ ਤਾਂ ਆਪਣੇ ਵਧਾਈ ਦਿੰਦੇ ਹਾਂ ਜੀ ਤੁਹਾਨੂੰ ਬਹੁਤ ਬਹੁਤ ਜਿਹੜਾ ਤੁਹਾਡਾ ਪੁੱਤਰ ਹੈ ਇੱਕ ਮਿੰਟ ਵਿਰਾਸਤ ਏ ਖਾਲਸਾ ਜਿਸਦਾ ਨਾਮ ਸੀ ਜੀ ਉਹਦੇ ਵਿੱਚ ਇਹਨਾਂ ਨੇ ਆਪਣੇ ਜਿਹੜੀ ਟਰਾਫੀ ਪਹਿਲੇ ਸਥਾਨ ਤੇ ਜਿੱਤੀ ਹੈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਕੀ ਉੱਥੇ ਤੁਹਾਡੀ ਜੀ ਸਾਨੂੰ ਵੀ ਚਾਨਣਾ ਪਾਓ ਜੀ ਹਾਂਜੀ ਜਿਹੜਾ ਆਪਣਾ ਪ੍ਰੋਗਰਾਮ ਸੀਗਾ ਇਹ ਜੀ ਇਹ ਸੀਗਾ ਜੀ ਦਸਤਾਰ ਦਸ਼ਮੇਸ਼ ਸੈਂਟਰ ਵੱਲੋਂ ਮਾਨਤਾਲਿਆਂ ਵੱਲੋਂ ਜੀ ਇਹਦੇ ਵਿੱਚ ਦੇਖਿਆ ਜਾਂਦਾ ਗਾ ਮਤਲਬ ਇੱਕ ਤਾਂ ਪਰਸਨੈਲਿਟੀ ਹੋ ਗਈ ਜੀ ਸਿੱਖ ਲੜਕਿਆਂ ਦੀ ਜੀ ਇੱਕ ਕੌਨਫੀਡੈਂਸ ਹੁੰਦਾ ਇੱਕ ਟੈਲੈਂਟ ਹੁੰਦਾ ਜੀ ਇੱਕ ਗੋਰੇ ਇਤਿਹਾਸ ਬਾਰੇ ਹੁੰਦਾ ਜੀ ਜਿਵੇਂ ਆਪਾਂ ਕਹਿੰਦੇ ਹਾਂ ਮਤਲਬ ਆਪਣੀ ਮਾਡਲਿੰਗ ਹੁੰਦੀ ਹੈ ਸਟੇਜ 'ਤੇ ਜੀ ਮਾਡਲਿੰਗ ਵਾਂਗੂ ਸੀਗਾ ਇਹ ਤਾਂ ਮਤਲਬ ਆਪਣਾ ਰੈਂਬੋਕ ਹੁੰਦਾ ਮਾਡਲਿੰਗ ਵਾਂਗੂ ਅਤੇ ਜਿਹੜਾ ਆਖਰੀ ਆਪਣਾ ਹੁੰਦਾ ਗਾ ਉਹ ਕੁਐਸਚਨ ਪੁੱਛੇ ਜਾਂਦੇ ਹੁੰਦੇ ਹੈਗੇ ਜੀ 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 ਤੇ ਆਪਣਾ ਕੁਐਸਚਨ ਪੁੱਛਿਆ ਸੀਗਾ ਨਸ਼ਿਆਂ ਬਾਰੇ ਤੇ ਆਪਾਂ ਸੀ ਜਵਾਬ ਦਿੱਤਾ ਤੇ ਆਪਾਂ ਨੂੰ ਮਤਲਬ ਬੈਸਟ ਕਿੰਨੇ ਦਾ ਆਪਣਾ ਅਵਾਰਡ ਮਿਲਿਆ ਗਿਆ ਬੈਸਟ ਨੌਲੇਜ ਦਾ ਜੀ ਥੋੜਾ ਜਿਹਾ ਸੁਣਾ ਲਓ ਸਾਨੂੰ 24 ਘੰਟੇ ਹੁੰਦਾ ਬਾਪੂ ਕੋਲੇ ਅੱਛਾ ਅੱਛਾ ਲਓ ਜੀ ਥੋੜਾ ਜਿਹਾ ਸੁਣਾਇਓ ਉਹ ਜੋ ਤੁਸੀਂ ਉੱਥੇ ਤੇ ਸ਼ੇਰ ਬੋਲੇ ਸੀ ਹਾਂ ਸ਼ੇਰ ਇੱਕ ਬੋਲਿਆ ਸੀ ਹਾਂਜੀ ਥੋੜਾ ਜਿਹਾ ਸ਼ੇਰ ਵਾਹਿਗੁਰੂ ਵਾਹਿਗੁਰੂ ਹਾਂਜੀ ਉਸੇ ਸਟੇਸ਼ਨ ਆਇਆ ਸੀਗਾ ਅਸੀਂ ਖਾਲਸੀ ਸੂਤ ਕੀਤੀ ਸੀ ਜਿਹੜਾ ਕਿ ਸੱਜ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸੱਜਿਆ ਉਹਦੀ ਸਿਮਤ ਵਿੱਚ ਅਸੀਂ ਸ਼ੇਰ ਸੁਣਾਏ ਸੀਗੇ ਉਹ ਸਾਨੂੰ ਤਿੱਖੀ ਤਲਵਾਰ ਨਹੀਂ ਜਨਮ ਦਿੱਤਾ ਗੁੱਥੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ ਉਹ ਸਾਬਤ ਸਬੂਤ ਸਿਰ ਤੇ ਦਸਤਾਰ ਸੋਹਣੀ ਸਾਡਾ ਵੱਖਰਾ ਹੀ ਰੂਪ ਸੰਸਾਰ ਵਿੱਚੋਂ ਉਹ ਅਸੀਂ ਜੰਮ ਪਿਆਲਾ ਵੀ ਪੀ ਸਕਦੇ ਸਾਡੇ ਅੱਗੇ ਕੀ ਹੋਣੀਆਂ ਹਾਰੀਆਂ ਨੇ ਉਹ ਲੋਕੀ ਐਵੇਂ ਨਹੀਂ ਸਾਨੂੰ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਉਹ ਤੁਹਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ ਉਹ ਤੱਤੀ ਤਵੀ ਤੇ ਬਹਿ ਕੇ ਵੀ ਗੀਤ ਗਾਈਏ ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ ਉਹ ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ ਉਹ ਜਾ ਕੇ ਪੁੱਛ ਲਓ ਕੰਧ ਸਰਹੰਦ ਵਿੱਚ ਲਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ ਉਹ ਬੰਦ ਬੰਦ ਕੇ ਦਵਾਏ ਸਾਡੇ ਸਿਰਾਂ ਤੇ ਚੱਲੀਆਂ ਆਰੀਆਂ ਨੇ ਉਹ ਲੋਕੀ ਐਵੇਂ ਨਹੀਂ ਸਾਨੂੰ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਸਿਰ ਦੇ ਕੇ ਲਈਆਂ ਸਰਦਾਰੀਆਂ ਬਹੁਤ ਵਧੀਆ ਬਜ਼ੁਰਗ ਹੈ ਬਾਕੀ ਬਾਈ ਮੱਖਣ ਹੋਰੀ ਤੇ ਬਾਈ ਜਸਕਰਨ ਹੋਰੀ ਤਾਂ ਕੋਠੀ ਚ ਹੁੰਦੇ ਆ ਤੇ ਜੇ ਬੋਲਦਾ ਵੀ ਚੋਰ ਆ ਜਾਵੇ ਤਾਂ ਥੋੜਾ ਜਿਹਾ ਬੋਲ ਵੀ ਜਾਂਦੇ ਨਾਲ ਰਿਕਾਰਡਿੰਗ ਵੀ ਹੁੰਦੀ ਆ ਪਾਪੀ ਕੋਲ ਸੁਣਦੇ ਨੇ ਨੌਬਤ ਆਈ ਆ ਜੀ ਹੁਣ ਤਾਂ ਨਹੀਂ ਆਈ ਜਿਸ ਦਿਨ ਦੇ ਖੁੱਡੇ ਚ ਪਹਿਲਾਂ ਆ ਜਾਂਦੀ ਸੀ ਪਹਿਲਾਂ ਤਾਂ ਆਈ ਹੋਆ ਜੋ ਦੋ ਵਾਰ ਤੱਕ ਜੇ ਬੰਦਾ ਮਰ ਜਾਂਦਾ ਰਿਕਾਰਡਿੰਗ ਵੀ ਸੀ ਇਹ ਬੈਠੇ ਹੁੰਦੇ ਅੱਜ ਬਾਬਾ ਮੱਖਣ ਸਿੰਘ ਦੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਭਾਈ ਪਿੱਤਰ ਨੂੰ ਸਾਡੇ ਹੀ ਫਤਿਹ ਬੁਲਾਇਆ ਜੀ ਸਾਰੇ ਗਰੁੱਪ ਨੂੰ ਬੁਲਾਇਓ ਸਾਰੇ ਵੀਰਾਂ ਨੂੰ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਬਹੁਤ ਵਧੀਆ ਕਿਰਪਾ ਗੁਰੂ ਸਾਹਿਬ ਦੀ ਹੋਰ ਸੁਣਾਓ ਸਿਮਤਾ ਕਰ ਪਰਵਾਹ ਸਾਰੇ ਰਾਜੀ ਖੁਸ਼ਹਾਲ ਕਿਹੜਾ ਪੂਰੀ ਰੌਣਕ ਜਿਹੜੀ ਲਾ ਛੱਡੀ ਆ ਬਾਬਾ ਜੀ ਨੇ ਤਾਂ ਅੱਜ ਨਾ ਤੁਹਾਨੂੰ ਮੈਂ ਹਾਂਜੀ ਗੁੱਜਰਵਾਲ ਤੋਂ ਜਾਣਦੇ ਹੋਵੋਗੇ ਕਬੂਤਰ ਲੈ ਕੇ ਗਿਆ ਤੁਹਾਡੇ ਤੋਂ ਉਹ ਬੜਾ ਜ਼ਿਕਰ ਕਰਦੇ ਹੁੰਦੇ ਤੁਹਾਡਾ ਗਰੇਵਾਲ ਬਾਈ ਰਵਿੰਦਰ ਗਰੇਵਾਲ ਦੇ ਭਰਾ ਗਾਉਣ ਵਾਲੇ ਦੇ ਭਰਾ ਥੋੜੀਆਂ ਬੜੀਆਂ ਤਰੀਫਾਂ ਕਰਦੇ ਹੁੰਦੇ ਆ ਤੁਹਾਡੇ ਕਬੂਤਰ ਕਹਿੰਦੇ ਬੜੇ ਉੱਡਦੇ ਉਹਨਾਂ ਦੇ ਕੋਲੇ ਉਹ ਸਿਫਤ ਸੁਣਾਈਏ ਜੇ ਗਰੇਵਾਲ ਦੇ ਪਿੰਡ ਸਾਡੇ ਨਾਲ ਠੱਗੀ ਲਾਉਣ ਨੂੰ ਪਿੰਡ ਵਾਲੇ ਪੂਰੀ ਤਿਆਰੀ ਜੋਗੇ ਅੱਛਾ ਜੀ ਕਬੂਤਰ ਸੁਣੇ ਹੋਣ ਛੁੱਟੇ ਸੀ ਮੇਰਾ ਖਾਲਾ 60 ਜੀ ਅਸੀਂ ਇੱਧਰਲੇ ਬਠਿੰਡੇ ਜ਼ਿਲ੍ਹੇ ਦੇ 6 ਆਦਮੀ ਰਹਿ ਗਏ ਜੀ ਧੰਨੇ ਦਾ ਕਬੂਤਰ ਜੀ ਤੇ ਸਾਡੇ ਕਈ ਜਿਹੜੇ ਰਹਿ ਗਏ ਜਦੋਂ ਉਹਨਾਂ ਨੇ ਨਾ ਇੱਕ ਕਬੂਤਰ 1:30 ਵਜੇ ਹੱਥ ਵੀ ਰੰਗੇ ਪਏ ਮੇਰੇ ਮੂੰਹ ਰੰਗ ਲਾ ਕੇ ਛੱਡਤਾ
ਅਸੀਂ ਕਿਹਾ ਵੀ ਆਹ ਕਬੂਤਰ ਦੁਬਾਰੇ ਛੱਡਿਆ, ਉਹ ਕਾਪੀ ਵਾਲਾ ਅੱਧ ਮੰਗਦਾ ਸੀ ਨਾ ਉਹਨਾਂ ਤੋਂ ਵੀ ਅੱਧ ਲਊ, ਕਾਪੀ ਵਾਲਾ ਕਹਿੰਦਾ ਕਦੋਂ ਛੁੱਟਿਆ ਦੁਬਾਰੇ। ਜਦੋਂ ਸਾਰੇ ਕੋਈ ਨਾ ਪੇਸ ਚੱਲੀ ਸਾਡੀ, ਅਸੀਂ ਕਿਹਾ ਵੀ ਹੁਣ ਆਪਣੀ ਸੀਆਂ ਦੀ ਸਾਂਝੀ, ਕਬੂਤਰ ਤਾਂ ਆਪਣੇ ਆਪ ਗੁਆਚਣਗੇ, ਇੱਥੇ ਬਹਿ ਗਿਆ ਰੌਲਾ, ਬਾਜੀ ਨਹੀਂ ਇਹਨਾਂ ਨੂੰ ਦੇਣੀ। ਅਸੀਂ ਘੱਟ ਤੋਂ ਘੱਟ 6 ਕਬੂਤਰਾਂ ਮਗਰ 30 ਆਦਮੀ ਤਾਂ ਸੀ ਗਈ, ਅੱਡੋ ਅੱਡੀ ਖਿੱਲਰ ਜੋ ਗੁਰਜਾ ਨਾਲ ਗੁਜਰ ਵਾਲੇ ਤੇ ਅਸੀਂ ਸਾਰੇ ਰਾਹਾਂ ਤੇ ਸਾਰੀਆਂ ਸੜਕਾਂ ਤੇ ਗਲੀਆਂ 'ਚ ਵੜ ਗਏ। ਛੇਕੜ ਨੂੰ ਕਬੂਤਰ ਉਹ 2:30 ਵਜੇ ਤਾਰ ਤੇ ਬਹਿ ਗਿਆ ਸਾਡੇ ਕੋਲੇ ਆ ਕੇ, ਖੰਭੇ ਕੋਲੇ। ਇੱਕ ਬੰਦਾ ਜਿਹੜਾ ਸਾਡਾ ਸਾਥ ਦਿੰਦਾ ਸੀ ਛੱਤੀ, ਉਹੀ ਮੈਂ ਹੁਣ ਬੋਲਦਾ, ਗਰੇਵਾਲ ਦੇ ਕਬੂਤਰ ਹੀ ਸਾਂਭਦਾ ਸੀ ਉਹ ਕਾਕੇ ਦੇ ਰਵਿੰਦਰ ਹੋਰਾਂ ਦੇ। ਛੱਤੀ ਕਹਿੰਦਾ ਜਿਹਨੂੰ ਫੜ ਚੜੋਂਗੇ ਉੱਡ ਜੂ ਫਿਰ ਗੁਆਜੂ। ਛੱਤੀ ਨੇ ਤਾਂ ਇੱਕ ਮੋੜਾ ਜਿਹਾ ਲੈ ਲਿਆ ਚੱਕ ਕੇ ਬਾੜ ਤੋਂ, ਕਬੂਤਰ ਦੇ ਸਿਰ 'ਚ ਮਾਰਿਆ, ਥੱਲੇ ਸੜਕ 'ਤੇ ਅੱਡ ਗਿਆ। ਉਹ ਜਿਹੜਾ ਕਾਪੀ ਵਾਲੇ ਨੇ ਕਹਿੰਦਾ ਤੁਸੀਂ ਕਬੂਤਰ ਕਿਉਂ ਮਾਰਿਆ? ਮੈਂ ਕਿਹਾ ਇਹ ਬੰਦੇ ਨੂੰ ਤਾਂ ਫੜਾ ਰਿਹਾ, ਮੈਂ ਵੱਡਾ ਦੰਦੀਆਂ ਸਿਰ 'ਚ ਦੇ ਤੁਹਾਨੂੰ ਦੱਸਾਂ, ਤੂੰ ਤਾਂ ਕਹਿੰਦੀ ਇਹ ਕਬੂਤਰ ਛੱਡਿਆ ਨਹੀਂ ਦੁਬਾਰੇ, ਦਿਖਾ ਮੋਹਰ ਦੇ ਮਰੇ ਪਏ ਦੇ। ਆਏ ਅੜ ਕੇ ਰੁਪਈਏ ਲਏ ਸੀ ਗਰੇਵਾਲ ਹੋਰਾਂ ਦੇ ਸਾਹਮਣੇ, ਆਪਾਂ ਪ੍ਰੈਕਟੀਕਲ ਕਰਿਆ। ਜਿਹੜੀਆਂ ਸਿਉਨੇ ਦੀਆਂ ਠੱਲਾਂ ਜਿੱਤੀ ਸੀ, ਤਖਮਾ ਜਿੱਤੀ ਸੀ ਨਾ ਕਬੂਤਰੀ ਮੇਰੀ, ਉਹ ਇਹਨਾਂ ਦੇ ਘਰੇ ਵਾ ਕੀਤੀ ਡੈਂਪੀ ਦੇ। ਇਹੋ ਜਿਹਾ ਕਬੂਤਰ ਕੋਈ ਨਹੀਂ ਮੋੜਦਾ, ਡੈਂਪੀ ਨੇ ਸਾਰੇ ਪੰਜਾਬ ਦੇ ਇਹ ਚੋਟੀ ਵਾਲੇ ਕਬੂਤਰ ਬਹੁਤ ਕੁਛ ਦੇ ਰਹੇ ਕਬੂਤਰਾਂ ਵਾਲੇ। ਉਹ ਕਹਿੰਦਾ ਮੈਨੂੰ ਪਤਾ ਨਿੰਗਦੀ ਹੈ, ਜਿੱਦਾਂ ਨਿੰਗ ਕਰਿਆ ਗਿਆ ਉਹਨੂੰ, ਮੇਰੇ ਚੇਲਿਆਂ ਨੂੰ ਨਾ ਬਿੰਦਰ ਨੂੰ ਨਾ ਸੁੱਖੇ ਨੂੰ ਦਿੱਤੀ। ਮੈਂ ਸੁੱਖੇ ਨੂੰ ਕਿਹਾ ਮੈਨੂੰ ਲੈ ਚੱਲ ਘਰੇ। ਸੁੱਖੇ ਨੇ ਜਦੋਂ ਮੈਂ ਅਸੀਂ ਬਾਗੇ ਡੈਂਪੀ ਦੇ ਘਰੇ, ਉਹਦੇ ਪਿਓ ਨੇ ਵਧੀਆ ਚਾਹ ਪਈ, ਕਹਿੰਦਾ ਬਾਜਰਾ ਬੀਜਣਗੇ 2 ਘੇਰੇ ਹੁਣ ਆ ਜਾਂਦੇ, 15 ਮਿੰਟਾਂ ਤੋਂ ਹੀ ਆ ਗਿਆ। ਕਹਿੰਦਾ ਬਾਈ ਬੱਚੇ ਤਾਂ ਮੈਂ ਖਾਈ ਕਢਾ ਲਏ, ਆਹ ਹੁਣ ਇੱਕ ਆਂਡਾ ਧਰਿਆ ਹੋਇਆ, ਇੱਕ ਤੇਰੇ ਘਰੇ ਧਰੂ, ਉਹਦੇ ਜੰਟੇ ਵਾਲੇ ਕਬੂਤਰ ਨਾ ਧਰਾਇਆ। ਮੈਂ ਕਿਹਾ ਭੱਜ ਜਾਣਗੇ ਭਾਈ। ਉਹ ਕਹਿੰਦਾ ਤੇਰੀ ਗੱਲ ਸੱਚ ਹੈ, ਗਿੱਜਦੀ ਨਹੀਂ ਹਨ, ਤੂੰ ਤਾਂ ਗਿੱਜੇ ਹੀ ਨਹੀਂ। ਉਹ ਇਸ ਕਰਕੇ ਯਾਦ ਕਰਦਾ ਗਰੇਵਾਲ ਨਾਲ, ਇੱਕ ਮੇਰੀ ਸ਼ਰਤ ਸੀ, ਉਹ ਕਹਿੰਦਾ ਮੈਨੂੰ ਆਹ ਕਬੂਤਰ ਦੇ ਦੇ ਫਲਾਨੇ ਜੀ। ਮੈਂ ਆਖਿਆ ਇੱਕ ਖਾੜਾ ਮੇਰੇ ਪਿੰਡ ਫਰੀ ਲਾ ਦੇ ਜੀ, ਬਸ ਮੈਨੂੰ ਸ਼ੌਕ ਹੈ ਜੀ, ਮੇਰੇ ਪਿੰਡ ਦੇ ਲੋਕ ਮੈਨੂੰ ਵੇਖਣ ਕਿ ਹਾਂ ਵਾਕਈ ਇਹਦੀ ਬਣਦੀ ਹੈ ਕਿਸੇ ਚੰਗੇ ਬੰਦੇ ਨਾਲ ਜੀ। ਹਾਂ ਤੇ ਉਹਨਾਂ ਨੇ ਨਾ ਮੈਨੂੰ ਰੁਪਈਏ ਵੀ ਦਿੱਤੇ, ਕਿਉਂ ਮਾਰਾਂ ਝੂਠ ਜੀ, ਪਰ ਫਿਰ ਸ਼ੌਂਕ ਝੂਮ ਵੀ ਲੈ ਗਏ, ਮੋਜੇ ਉਹਨਾਂ ਦੇ ਘਰੇ ਹੁਣ ਹੈਗੇ ਨੇ। ਉਹ ਇਸੇ ਕਰਕੇ ਆਪਾਂ ਉੱਥੇ 3-4 ਵਾਰਾਂ ਬਾਜੀਆਂ ਜਿੱਤੇ, ਉਹ ਮੇਰੇ ਨਾਲ ਰਹਿੰਦੇ ਸੀ ਤੇ ਵਿਚਾਰੇ ਚੱਲ ਬਾਹਰ ਵੜ ਕੇ ਕੈਨੇਡਾ 'ਚ ਫਿਰ ਹੋਰ ਕੰਮ ਵੱਡਾ, ਉਹਨਾਂ ਨੇ ਪ੍ਰਬੰਧ ਵੱਡਾ ਕਰ ਛੱਡਿਆ। ਉਹ ਕਹਿੰਦਾ ਮੈਂ 80,000 ਖੜ ਦੇ ਲੈਂਦਾ। ਮੈਂ ਕਿਹਾ ਫਿਰ ਮੇਰਾ ਕਬੂਤਰ 1,00,000 ਤੋਂ ਘੱਟ ਨੇ ਜਿਹੜਾ ਤੂੰ ਲਿਜਾਨਾ ਜੀ, ਤੂੰ 80,000 ਹੀ ਕਹਿਣਾ। ਜਦੋਂ ਮੈਨੂੰ ਕਿਲਾ ਰੈਪੁਰ ਲੀਲਾ ਕਲਖ ਮਾਜਰੀ ਜਿੱਥੇ ਸਿਉਨੇ ਦਾ ਤਖਮਾ ਜਿੱਤਿਆ, ਉੱਥੇ ਵਧਾਈਆਂ ਮਿਲਦੀਆਂ ਇਹਨਾਂ ਦੀਆਂ ਜੀ, ਹੈਗੀ ਹਜੇ ਵੀ ਅੰਸ ਆਪਣੇ ਕੋਲ ਉਹਨਾਂ ਦੀ। ਜਿਸ 1 ਕਿਲੋ ਤਾਂ ਗਰੇਵਾਲ ਗਾਉਂਦਾ ਵਧੀਆ ਸੀ ਜੀ, ਕੁੜੀ ਨੂੰ ਬਰਾਬਰ ਨਹੀਂ ਸੀ ਖੜਾਉਂਦਾ ਜੀ। ਮੈਂ ਵੀ ਇਸ ਗੱਲੋਂ ਗੁਰਸਿੱਖੀ ਦਾ ਮਤਲਬ ਸਮਝਦਾ ਸੀ ਜੀ, ਠੀਕ ਆ। ਉਹ ਕਿਤੇ ਨਾ ਕਿਤੇ ਲੋਕ ਹਟਦੇ ਨਹੀਂ, ਹੜ ਹਿਲਾਉਂਦੇ ਨੇ ਹਲੂਣਾ ਮਾਰ ਕੇ, ਜਿਵੇਂ ਬੇਰ ਡੇਗ ਕੇ ਦੇਖਦੇ ਆ ਜੀ, ਵੀ ਗਰੇਵਾਲ ਦੀ ਮੈਂ ਇਸ ਕਰਕੇ ਚੜ੍ਹਾਈ ਮੰਨੀ ਸੀ। ਜਮਲੇ ਵਾਂਗੂ ਉਹਨੇ ਕਿਸੇ ਲੜਕੀ ਨੂੰ ਬਰਾਬਰ ਖੜਾ ਕੇ ਗਾਇਆ ਨਹੀਂ ਹੈ, ਧੀਆਂ ਭੈਣਾਂ ਦੇ ਵਿੱਚ ਬਹਿ ਕੇ ਸੁਣਨ ਵਾਲੇ ਰਿਕਾਰਡ ਸੀ ਉਹਦੇ ਜੀ। ਬਾਕੀ ਕਬੂਤਰਾਂ ਪਿੱਛੇ ਉਹਨਾਂ ਨੂੰ ਵੀ ਸ਼ੌਂਕ ਸੀ ਗੱਲ ਕਰ, ਉਹ ਗਵੱਈਆ ਵੱਡਾ ਕਰਕੇ ਕਬੂਤਰਾਂ ਦਾ ਕੋਠੀ 'ਚੋਂ ਖੁੱਲ੍ਹੇ ਛੱਡਤੇ ਜੀ, ਬਾਜੀਆਂ 'ਤੇ ਜਾਣੋ ਹਟ ਗਏ ਜੀ। ਬਾਜੀਆਂ 'ਤੇ ਹੁਣ ਉਹ ਮਤਲਬ ਛੋਟਾ ਕੰਮ ਮੰਨਦੇ ਨੇ। ਬਾਜੀਆਂ 'ਤੇ ਮੈਂ ਇਹੀ ਵਾਰੀ ਵਾਰੀ ਸੁਨੇਹਾ ਦਿੰਦਾ, ਉਹ ਜਿਹੜੇ ਵੀਰੋ ਠੱਗੀ ਸ਼ਿਕੀ ਦੀਆਂ ਛਡਾਉਂਦੇ ਨੇ ਉਹ ਹਟ ਜਾਓ, ਜਿਹੜਾ ਜਿੱਤਦਾ ਉਹਨੂੰ ਜਿੱਤਾ ਦਿਓ। ਅਤੇ ਮੇਰਾ ਤਾਂ ਹੁਣ ਅੱਧੇ ਨਾਂ ਨਹੀਂ ਲੈਣ ਦਿੰਦੇ ਉਹਨਾਂ ਨੂੰ, ਬਹੁਤ ਕੀੜੀਆਂ ਲੜਦੀਆਂ। ਇੱਥੇ ਵੀ ਇਕੱਠ ਕਰ ਲੈਤੀ ਪਹਿਲੀ ਵੀਡੀਓ ਵੋਲੇ ਆ ਕੇ ਮੇਰੇ ਕੋਲ, ਤੂੰ ਮਾਫ਼ੀ ਮੰਗ, ਮੈਂ ਮਾਫ਼ੀ ਕਰ ਤੋਂ ਮੰਗਾਂ, ਮੈਂ ਤੋਂ ਕਦੀ ਮਰ ਗਈ, ਮਾਫ਼ੀ ਨਹੀਂ ਮੰਗਦਾ। ਉਹ ਚੋਰ ਮੇਥੋਂ ਜਿਹੜੇ ਕਬੂਤਰ ਲਗਾਏ ਨੇ ਕਿਉਂ ਮੁੱਕਰਦੇ ਨੇ? ਆਂਡੇ ਤਾਂ ਮੇਰੇ ਘਰੋਂ ਲਗਾਏ ਨੇ, ਜਿਹੜੇ ਉਹਨੇ ਬੰਦਾ ਭੇਜਿਆ ਸੀ ਵੀ ਮਾਫ਼ੀ ਮੰਗ ਲੈ ਜੀ। ਮੈਂ ਸੁਨੇਹਾ ਦਿੰਦਾ, ਉਹੀ ਗੱਲ ਕਹੀ ਆ। ਹੁਣ ਉਹ ਬਾਜੀ ਛਡਾਉਣ ਨੂੰ ਫਿਰਦੇ ਆ, ਉਹ ਤਾਂ ਇੱਕ ਐਂਟਰੀ ਕਹਿੰਦੇ ਮੈਂ 2 ਭਰੂੰਗਾ। ਜੇ ਸਾਰੇ ਪੰਜਾਬ ਦੇ ਉਸਤਾਦ ਐਂਟਰੀਆਂ ਭਰਨਗੇ ਫਿਰ ਭਰੂੰਗਾ, ਅੱਧੇ ਕੁ ਜੇ ਉਹ ਲੁਕ ਗਏ ਮੈਂ ਉਹਨਾਂ ਨੂੰ ਕਹਿ ਦੂੰਗਾ। ਸਾਰਿਆਂ ਨਾਲ ਗੱਲ ਹੋਈ ਆ ਮੇਰੀ ਠੋਕ ਕੇ ਜੀ, ਬਈ ਭਾਈ ਧੰਨਵਾਦ ਹੈ ਜੇ ਤੁਸੀਂ ਗਾਮੀ ਵਾਲੇ ਬਾਜੀ ਕਰਾਉਂਗੇ ਮੈਂ 2 ਐਂਟਰੀ ਭਰ ਦੂੰ, ਜ਼ਿੰਮੇਵਾਰੀ ਲਓ। ਕਹਿੰਦੇ ਸਾਡੀ ਜ਼ਿੰਮੇਵਾਰੀ ਆ, ਮੈਂ ਕਿਹਾ ਪਹਿਲੀਆਂ ਜਿਹੜੀਆਂ ਉੱਥੇ ਮੇਰੀਆਂ ਬੱਚੇ ਕੱਢੀ ਜਾਂਦੀਆਂ ਕਬੂਤਰੀਆਂ, ਉਹਦੀ ਜ਼ਿੰਮੇਵਾਰੀ ਕੌਣ ਲਓ ਜੀ? ਹੱਥੀਂ ਦਿੱਤੀ ਤਾਂ ਨਾ ਦੇਵੇ, ਪ੍ਰੇਮ ਨਾਲ ਲੈ ਗਿਆ ਸੀ ਵੀ ਮੈਨੂੰ ਚੰਗੀ ਲੱਗਦੇ ਰੱਖ ਲੈ ਜਿਹੜੀਆਂ ਬਾਜੀ ਦੀਆਂ ਚੱਕੀਆਂ ਨੇ ਉਹ ਆਪਾਂ ਨਹੀਂ
ਕਿਸੇ ਤੋਂ ਡਰਦੇ। ਜਸਵੀਰ ਇੰਨਾ ਅੜਬਤੀ ਮੇਰੇ ਨਾਲ ਉਹ ਸਿੱਧਾ ਰਹਿੰਦਾ ਸੀ, ਕਿਉਂ ਮੇਰੇ ਕਬੂਤਰ ਵੱਧ ਉੱਡਦੇ ਸੀ। ਜਸਵੀਰ ਨੂੰ ਸ਼ੌਂਕ ਸੀ, ਇੱਥੇ ਮੇਰੇ ਘਰੋਂ ਧੱਕੇ ਦੇ ਖੜਦਾ ਸੀ। ਮੈਂ ਐਡਾ ਸਰਦਾਰ ਦਾ ਪੁੱਤ ਹੋਵੇ ਮੇਰੇ ਗਰੀਬ ਦੇ ਘਰੇ, ਉਹ ਮੈਨੂੰ ਕਹਿੰਦਾ ਕਿਉਂ ਚਮੜਾਉਣਾ, ਮੈਂ ਕਿਹੜਾ ਸਰਦਾਰ ਹਾਂ। ਇੱਥੇ ਆਹੀ ਬੋਲਦਾ ਸੀ, ਇੱਥੇ ਲਾ ਲਈ ਸਿਰ ਕੱਟ, ਝੂਠ ਨਹੀਂ ਮਾਰਦਾ। ਆਹ ਪੋਤਾ ਮੇਰਾ ਛੋਟਾ ਜਿਹਾ ਸੀ, ਪੋਤਾ ਤਾਂ ਆਪਣੀ ਦਾਦੀ ਕੋਲ ਵਜਿਆ, ਦਾਦੀ ਮਾਂ ਸਰਦਾਰ ਬੀੜੀ ਪੀ ਜਾਂਦਾ ਆਪਣੇ, ਇਹਨੂੰ ਸਿਰ ਕੱਟਦਾ ਤੇ ਬੀੜੀ ਦਾ ਪਤਾ ਨਹੀਂ ਸੀ ਬੱਚਾ ਦੀ। ਭਾਈ ਬਹਿਲੋ ਦੇ ਪਰਿਵਾਰ ਚੋਂ ਆ ਮੇਰੇ ਸਾਹਮਣੇ ਜਿਹੜੇ ਹੈਗੇ, ਭਾਈ ਬਾਬਾ ਬਹਿਲੋ ਸਭ ਤੋਂ ਪਹਿਲੋਂ ਦਾ ਦੇਖੋ ਸਾਰੀ ਦੁਨੀਆਂ ਨੂੰ ਪਤਾ ਹੈ ਵੀ ਸ਼ੁੱਧ ਲਾਣਾ। ਮੈਨੂੰ ਰਿਸ਼ਤਾ ਹੀ ਇਸ ਲੜੇ ਚੋਂ ਤਾਂ ਹੋਇਆ, ਸਿੱਖੀ ਸਬੂਤ ਸੱਚੇ ਪਾਤਸ਼ਾਹ ਨੇ ਸਾਡੇ ਪਰਿਵਾਰ ਨੂੰ ਜਿਹੜੀ ਵੀ ਦਿੱਤੀ ਹੈ ਉਹਦੀ ਦੇਣ ਆ ਮਾਲਕ ਦੀ। ਮਹਾਂਪੁਰਸ਼ਾਂ ਦੇ ਚਰਨ ਪਏ ਕਰਕੇ ਬਾਬਾ ਤਰਸੂ ਦੇ ਸਾਡੇ 'ਤੇ ਸਿਰ 'ਤੇ ਹੱਥ ਹੈ। ਅਸੀਂ ਨਾ ਨਸ਼ੇ ਲੱਗ ਜਾਈਏ, ਸਾਡੇ ਜਵਾਕ ਵੀ ਕਹਾਂ ਇਹ ਦਰ ਵੇਲੇ ਦੇਖ ਕੇ ਭੱਜ ਜਾਂਦੇ ਨੇ, ਕਿਉਂ ਭੱਜ ਜਾਂਦੇ ਨੇ? ਮਹਾਰਾਜ ਨੇ ਕਿਰਪਾ ਕਰੀ ਹੋਈ ਆ, ਨਫ਼ਰਤ ਨਹੀਂ ਕਰਦੇ। ਸਾਰੇ ਦਾਰੂ ਪੀਂਦੇ ਆ, ਮੇਰੇ ਭਤੀਜੇ ਪੀਂਦੇ ਨੇ, ਭਾਈ ਪੀਂਦੇ ਮੇਰੇ ਦੂਜੇ, ਪੀ ਲੈਣਾ ਅਸੀਂ ਕੀ, ਸਾਨੂੰ ਕੀ ਕਹਿੰਦਾ? ਅਸੀਂ ਉਹਨਾਂ ਨੂੰ ਟਿੱਚਰਾਂ ਤਾਂ ਕਰਦੇ ਹਾਂ। ਆਹ ਨਰਪਾਲ ਕੋਲ ਹੀ ਖੜਾ ਮੇਰਾ ਭਤੀਜਾ, ਇਹਨਾਂ ਨੂੰ ਮੂੰਹ ਸਿਰ ਮੁੰਨੇ ਵਾਲਿਆਂ ਨੂੰ ਮੇਰਾ ਚਾਚਾ ਲਾਣ ਤਾਂ ਪਾਉਂਦਾ ਮਰ ਗਿਆ। ਸਾਡਾ ਸਿੱਖੀ ਸਰੂਪ ਇਹ ਸਿਧਾਂਤ ਸਿੱਖਾਂ ਦਾ ਕਰੇ। ਚਲੋ ਬੱਚੇ ਨੇ ਹੁਣ ਇਹ ਸ਼ਰਾਬ ਮਾੜੀ ਮੋਟੀ ਦਾ ਭਾਵਾਂ ਪੀਂਦਾ ਹੋਵੇ, ਅਸੀਂ ਤਾਂ ਚੰਗੀ ਗੱਲ ਕਹਿਣੀ ਆ, ਮਾੜੀ ਕਹਿਣੀ ਨਹੀਂ ਭਾਈ। ਨਸ਼ਾ ਮਾੜਾ ਅਤੇ ਮਸਾਂ ਇੱਥੇ ਪੈਰ ਲਾਏ ਨੇ, ਆਹ ਦੇਖ ਲਓ ਤੁਹਾਡੇ ਸਾਹਮਣੇ ਹੈ, 3 ਕਿੱਲੇ ਵਾਲੇ ਗਰੀਬ ਬੰਦੇ ਨੇ ਪੈਰ ਲਾਇਆ, ਲੱਖ ਤੋਂ ਉੱਤੇ ਤਾਂ ਖੁੱਡੇ 'ਤੇ ਲੱਗ ਗਿਆ, ਹਜੇ 5-10 ਖਾਉਣੀ ਵੱਧੀ ਲੱਗ ਜੇ ਜਾਂ ਰੰਗ ਰੁੰਗ ਰਹਿੰਦਾ, ਮਸ਼ੀਨ ਨਾਲ ਰੰਗ ਹੋਊਗਾ। ਨਾ ਤਾਂ ਕੋਈ ਚੇਲੇ ਬਣਾ ਸਕਦਾ, ਨਾ ਚੇਲਿਆਂ ਨੂੰ ਇੰਨੀਆਂ ਗੱਲਾਂ ਦੱਸੀ। 3 ਚੇਲੇ ਆਹ ਮੇਰੇ ਉਰੇ ਰਹਿਣਗੇ, ਉਹਦੇ ਚੇਲਾ ਹਸਾਰ ਕੋਲੋਂ ਆਇਆ ਜੀ। ਜਦੋਂ ਇਹ ਸਾਹਮੂਗਾ ਕਬੂਤਰ ਮੇਰੇ ਕੋਲੇ ਬੈਠਾ, ਇਹਦੋਂ ਕੀ ਚੋਰੀ ਕਰਾਂਗੇ? ਪਹਿਲਾਂ ਹੀ ਜਿੱਤਦਾ ਹੈ, ਇਹਨੂੰ ਦੱਸਿਆ ਮੈਂ ਹਜੇ ਚੈਂਪੀਅਨ ਨਾ ਬਣਿਆ, ਸਟਾਰ ਨਾ ਬਣਿਆ, ਫਿਰ ਸਾਡੀ ਦੱਸਣ ਕਾਹਦੀ ਹੈ? ਇਹ ਕਬੂਤਰ ਛੱਡਣ ਸਾਰੀ ਦੁਨੀਆ ਹੀ ਜਾਣਦੀ ਹੈ, ਕੋਈ ਕਿਵੇਂ ਛੱਡ ਲੈਂਦਾ, ਕੋਈ ਕਿਵੇਂ ਛੱਡ ਲੈਂਦਾ। ਆਪਣਾ ਸ਼ੌਕ ਹੈ ਭਾਈ, ਸ਼ੌਕ ਨੂੰ ਸ਼ੌਕ 'ਚ ਰੱਖੋ। ਹੁਣ ਬਰੜ 'ਚੋਂ ਮੈਨੂੰ ਆਸਟ੍ਰੇਲੀਆ ਵਾਲੇ ਇੱਕ ਇਹੋ ਜਿਹੇ ਬੰਦੇ ਦਾ ਫੋਨ ਆਇਆ, ਮੈਂ ਦੱਸਣਾ ਚਾਹੁੰਦਾ ਵੀ ਉਹਨੇ ਪਿਆਰ ਨਾਲ ਮੈਨੂੰ ਬੁਲਾਇਆ, ਬਈ ਤੁਸੀਂ ਭੱਚਰਮਲ ਦਾ ਨਾਂ ਲਿਆ ਸੀ ਵੀ ਭੱਚਰਮਲ ਵੇਖਿਆ? ਮੈਂ ਕਿਹਾ ਵੇਖਿਆ ਤਾਂ ਨਹੀਂ, ਪਰ ਉਹਦੇ ਚੇਲਿਆਂ ਨੂੰ ਢਾਇਆ। ਫਿਰ ਕਹਿੰਦਾ ਪਾਣੀ ਪਹਿਲੀ ਵਾਰ ਤੁਹਾਨੂੰ ਪਤਾ ਵੀ ਕਿਹਨੇ ਬਣਾਇਆ? ਮੈਂ ਕਿਹਾ ਭੱਚਰਮਲ ਨੇ। ਪਾਣੀ ਦੀ ਸੋਧ ਸਭ ਨੇ ਕਰ ਲਈ, ਮਿੱਠਾ ਪਾਣੀ ਕਬੂਤਰਾਂ ਨੂੰ, ਠੰਡਾ ਪਾਣੀ ਦੁਨੀਆ ਦਿੰਦੀ ਹੈ, ਆਪਣੋ ਆਪਣੀ ਅਕਲ 'ਤੇ ਬਣਾ ਲਈ। ਸਭ ਤੋਂ ਪਹਿਲਾਂ ਪਾਣੀ ਜਿਹੜਾ ਬਣਾਇਆ ਸੀ ਮੈਂ ਦੁਨੀਆ ਨੂੰ ਸੁਨੇਹਾ ਘੱਲਤਾ। ਕਿਉਂ ਇੰਟਰਵਿਊ ਵਾਲੇ ਨੇ ਭੱਚਰਮਲ ਨੇ ਬਣਾਇਆ, ਗਾਹਾਂ ਸੋਧ ਲੋਕਾਂ ਆਪੇ ਕਰ ਲੈਂਦੇ ਆ। ਇੱਕ ਜਹਾਜ਼ ਬਣਾਉਣ ਵਾਲਾ ਜਹਾਜ਼ ਬਣਾਉਣ ਦਾ, ਉਹਨੂੰ ਮੁਰੰਮਤ ਕਰਨ ਵਾਲੇ, ਉਹਨੂੰ ਚਲਾਉਣ ਵਾਲੇ ਹੋਰ ਹੀ ਹੁੰਦੇ ਨੇ। ਇਹ ਬਰੜ ਦੇ ਵਿੱਚ ਇਹ ਸੁਨੇਹੇ ਨਹੀਂ ਕਰਦਾ, ਮੈਂ ਵਾਰੀ ਵਾਰੀ, ਮੈਂ ਪੰਗੇ ਹੱਥ ਤਾਂ ਹੈਗਾ, ਮੇਰਾ ਪੁੱਤ ਰੋਕ ਦਿੰਦਾ ਮੈਨੂੰ। ਮੈਂ ਪ੍ਰਧਾਨ ਜੀ ਨਾਲ ਬਹੁਤ ਨਾਲ ਪੰਗੇ ਲਿਆ, ਮੈਂ ਜਾ ਕੇ ਦਰਬਾਰ ਸਾਹਿਬ 'ਚ ਪੂਰਨ ਸਿੰਘ ਨਾਲ ਪੰਗਾ ਲੈ ਲਿਆ। ਮੈਂ ਪੂਰਨ ਸਾਹਿਬ ਤੈਨੂੰ ਕਾਲ ਤਖ਼ਤ ਦਾ ਮੁੜ ਕੇ ਪ੍ਰਧਾਨ ਨਹੀਂ ਬਣਾਉਣਾ ਕਿਸੇ ਨੇ, ਖੱਟੀ ਖੱਟ ਲਾ ਛੇਵੇਂ ਪਾਸੇ ਹਰਗੋਬਿੰਦ ਸਾਹਿਬ ਦਾ ਸਥਾਨ ਹੈ, ਇਹਦਾ ਦੁਨੀਆ ਬਰੜ ਮੰਨਦੀ ਆ ਫੈਸਲਾ। ਹੁਣ ਨਾਲੇ ਮੇਰੇ ਮੂੰਹ ਨਹੀਂ ਝਾਕ ਰਹੇ ਵੀ ਹੈ ਤਾਂ ਮਾਮੂਲੀ ਜਿਹਾ ਬੰਦਾ ਯਾਰ, ਮੇਰੇ ਕੰਨ ਖਾਣੇ ਕਰ ਰੱਖਿਆ। ਪ੍ਰਧਾਨ ਜੀ ਮੁੜ ਕੇ ਪ੍ਰਧਾਨ ਨਹੀਂ ਬਣਾਉਣਾ, ਜਿਹੜੇ ਗਲਤ ਕਰ ਰਹੇ ਨੇ ਮੰਤਰੀ ਸ਼ੰਤਰੀ ਸਾਰਿਆਂ ਨੂੰ ਸੁਨੇਹਾ ਘੱਲਦਿਆ ਕਰ ਤੁਹਾਡੇ ਨਾਲ ਹੋਊ। ਹੁਣ ਮੰਤਰੀ ਆਪੇ ਹਿਸਾਬ ਲੈ ਲੈਣ ਕੀ ਹੋਇਆ ਪਿਆ, ਅਸੀਂ ਕਿਉਂ ਕਹੀਏ, ਅਸੀਂ ਕਿਉਂ ਨਾ ਲਈਏ? ਪਾਰਟੀ ਦਾ ਕੰਮ ਕਰਿਆ, ਪਾਰਟੀਆਂ 'ਚ ਰਹੇ ਹਾਂ, ਅਕਾਲੀ ਦਲ ਦੇ ਬੰਦੇ, ਅਕਾਲੀ ਰਹਾਂਗੇ। ਵਾਰੀ ਵਾਰੀ ਸੁਨੇਹਾ, ਠੇਕੇਦਾਰੀਆਂ ਲੈਂਦੇ ਨੇ ਸਿੱਖੀ ਖਤਮ ਕਰਨ ਦੀਆਂ, ਉਹ ਖਤਮ ਹੋ ਜਾਣਗੇ, ਸਿੱਖੀ ਖਤਮ ਨਹੀਂ ਹੁੰਦੀ। ਸਿੱਖੀ ਦੀ ਨਿਉਂ ਬਾਹਲੀ ਕਰੜੀ ਆ। ਗੁਰੂ ਗੋਬਿੰਦ ਸਿੰਘ ਨੇ ਆਪਣਾ ਆਪ ਵਾਰਤਾ ਤੁਹਾਡੀ ਖਾਤਰ ਵਾਰਿਆ, ਲੋਕ ਗੁਣ ਨਹੀਂ ਮੰਨ ਰਹੇ, ਜਿਹੜੇ ਨਹੀਂ ਗੁਣ ਮੰਨਦੇ ਔਖੇ ਹੀ ਹੁੰਦੇ ਆ, ਸੌਖੇ ਨਹੀਂ ਰਹਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਤਾਂ ਇਹੀ ਸੁਨੇਹਾ ਭਾਈ, ਚੰਗਾ ਵੀ ਬੀਜੋ, ਸਾਰੇ ਹਿੰਮਤ ਨਾਲ ਸ਼ੌਕ ਨਾਲ ਰੱਖੋ, ਸ਼ੌਕ ਨੂੰ ਸ਼ੌਕ 'ਚ ਰੱਖੋ, ਕਿਸੇ ਦੇ ਖਿਲਾਫ ਨਾ, ਖਿਲਾਫ ਬੋਲਣਾ ਪੈਂਦਾ ਭਾਈ, ਔਖੇ ਬਹੁਤ ਹੋਏ, ਬਹੁਤ ਕਬੂਤਰ ਮੇਰੇ ਲਿਜਾ ਕੇ ਲੋਕਾਂ ਨੇ ਦੱਬੇ ਆ। ਉਧਰ ਜਿੱਦਾਂ ਕਹਿੰਦੇ ਆ ਨਿਗਰਿਆ ਰੰਗ ਵਾਲਾ ਛੱਡਿਆ, ਮਗਰ ਰਹੋ, ਆਹੋ
ਮੈਂ ਲੀੜਾ ਡੱਬਾ ਹੁਣ ਤਾਂ ਵਿਚਾਰਾ ਮਰ ਗਿਆ ਥੋੜਾ ਚਿਰ ਹੀ ਹੋਇਆ ਉਹਦੇ ਪੁੱਤ ਸਾਰੇ ਹੀ ਬੈਠੇ ਨੇ ਜਿੱਦਾਂ ਮੈਂ ਲੀੜਾ ਡੱਬਾ ਛੱਡਿਆ 20 ਸਕੂਟਰ ਸਟਾਰਟ ਹੋ ਜਾਇਆ ਕਰਨ ਜਦੋਂ ਮਾੜੇ ਜਿਹੇ ਫਿਰਨੀ ਤੇ ਜਾਇਆ ਕਰੇ ਮੈਂ ਕਿਹਾ ਇਹ ਕਿਸੇ ਦੇ ਹੱਥ ਨਹੀਂ ਆਉਂਦਾ ਜਸਵੀਰ ਨੂੰ ਉਦੇ ਕਿਹਾ ਤੇ ਇੱਥੇ ਕਿਹਾ ਸੀ ਜਸਵੀਰ ਨੇ ਇੱਥੇ ਬਹਿ ਕੇ ਨਿੰਗਾ ਤੇਰੇ ਗੋਰੇ ਵਾਲ ਚੱਲ ਪਾ ਦੇ ਮੈਂ ਜਿੱਦੇ ਤੇਰਾ ਪੰਜਾਲੀ ਜਾ ਕੇ ਮੁੱਦੇ ਤੇ ਲੀੜਾ ਆ ਗਏ ਭਾਈ ਪੰਜਾਲੀ ਜਵੇਰ ਗੁਰਦੇਵ ਘਣੀਆਲਾ ਦੋ ਛੱਡੇ ਬੰਸੇ ਨੇ ਦੋ ਛੱਡੇ ਮੀਕੇ ਨੇ ਦੋ ਛੱਡੇ ਜਸਵੀਰ ਨੇ ਤਿੰਨ ਛੱਡੇ ਉਸ ਡੱਬੇ ਨੇ ਫਿਰ ਉਹਦੇ ਪੁੱਤ ਹੈ ਬਾਬੇ ਦਾ ਥੱਲੇ ਆ ਹੁਣ ਵੀ ਬੱਚੇ ਕੱਢੇ ਹੋਏ ਨੇ ਚਾਰ ਕੋਲ ਗੁਆਂਢੀ ਖੜੇ ਚਾਰ ਵਾਜੀਆਂ ਛੱਡਿਆ ਚਾਰਾਂ ਵਾਜੀਆਂ ਵਧੀਆ ਰਹੇ ਕਾਕਾ ਵੀ ਇਹ ਲੈ ਗਿਆ ਸੀ ਸ਼ਰੀਫ ਵਾਲਾ ਖੂਨ ਆ ਸੰਤਾਲੀ ਤੋਂ ਪਹਿਲਾਂ ਦਾ ਕਈ ਲੋਕਾਂ ਤੋਂ ਬਚਾਉਣ ਦੇ ਬਾਰੇ ਨਾ ਚੁੱਪ ਚੱਪ ਹੋ ਜਾਂਦੇ ਦਿੱਤੇ ਮਿੱਤਰ ਪਿਆਰਾ ਕੋਲੋਂ ਹੁਣ ਵੀ ਬੱਚੇ ਕੱਢ ਕੇ ਆਇਆ ਮਿੱਤਰ ਪਿਆਰਾ ਥੋੜੀ ਲੁਕੋਈ ਦੇ ਹੁੰਦੇ ਲਓ ਜੀ ਥੋੜਾ ਜਿਹਾ ਵਿਖਾਓ ਕਬੂਤਰ ਸ਼ਰੀਫ ਮੁਸਲਮਾਨ ਸੰਤਾਲੀ ਤੋਂ ਪਹਿਲਾਂ ਵਾ ਗਿਆ ਮੈਨੂੰ ਇੰਨੀ ਸੁਰਤ ਸਮਝ ਪਰ ਭਾਈ ਸੀ ਉਹ ਜਾਂਦਾ ਹੈ ਸ਼ਰੀਫ ਕਬੂਤਰ ਉਹਨੂੰ ਦੇ ਗਿਆ ਸੀ ਜਰਨੈਲ ਨੂੰ ਜੇ ਅਸੀਂ ਕੋਈ ਅਮਨ ਅਮਨ ਰਹਿ ਗਿਆ ਤਾਂ ਕਬੂਤਰ ਲੈ ਲਾਂਗੇ ਜਰਨੈਲ ਸਿੰਘ ਮੈਨੂੰ ਦੇ ਗਏ ਜੀ ਉਹ ਮੇਰੇ ਕੋਲੇ ਠੀਕ ਹੈ ਫਿਰ ਜਰਨੈਲ ਦੇ ਮੇਰੀ ਜੋੜੀ ਉੱਥੇ ਹੀ ਰਹਿ ਗਈ ਹਾਂਜੀ ਸਾਡੀਆਂ ਗੱਲਾਂ ਹੁੰਦੀਆਂ ਕੋਈ ਗੱਲ ਨਹੀਂ ਗੱਲਾਂ ਇੱਥੋਂ ਲਿਆਓ ਜੀ ਜਰਨੈਲ ਵਾਲੇ ਕਬੂਤਰ ਆਪਣੇ ਕੋਲੇ ਆ